ਲਾਲਾ ਪੁੱਤ ਸਾਰਾ ਸ੍ਰੀ ਇਹ ਮੇਰੇ ਲਹਿਰੇ ਗਾਗੇ ਹਲਕੇ ਦੀ ਸ਼ਾਨ, ਪੰਜਾਬ ਦੀ ਸ਼ਾਨ ਬੀਬੀ ਰਜਿੰਦਰ ਕੌਰ ਭੱਠਲ ਜੀ। ਉਹਨਾਂ ਨੇ ਇੱਕ ਨਵੀਂ ਮੁਹਿੰਮ ਚਲਾਈ ਹੈ ਜਿਸ ਦੇ ਵਿੱਚ ਹਰ ਗਰੀਬ ਵਰਗ ਦੇ ਲੋਕਾਂ ਨੂੰ ਸਹਾਇਤਾ ਦਿੱਤੀ ਜਾਊਗੀ। ਇਹ ਸਾਡੇ ਲਹਿਰੇ ਗਾਗੇ ਹਲਕੇ ਦਾ ਚੌਥਾ ਕੈਂਪ ਹੈ ਜੀ, ਜੋ ਲੇਹਲ ਕਲਾਂ ਪਿੰਡ ਅਤੇ ਲਹਿਰੇ ਗਾਗੇ ਬਲਾਕ ਦਾ ਪਹਿਲਾ ਪਿੰਡ ਹੈ ਜਿੱਥੇ ਅੱਜ ਅਸੀਂ ਸ਼ੁਰੂਆਤ ਕੀਤੀ ਹੈ। ਮੈਂ ਮਾਣ ਮਹਿਸੂਸ ਕਰਦਾ ਕਿ ਮੇਰੇ ਲੇਹਲ ਕਲਾਂ ਪਿੰਡ ਦੇ ਵਿੱਚ ਮੇਰੇ ਨਾਲ ਦੇ ਸਾਥੀਆਂ ਨੇ ਮੇਰਾ ਸਾਥ ਦਿੱਤਾ ਅਤੇ ਲੇਹਲ ਕਲਾਂ ਪਿੰਡ ਦੇ ਵਿੱਚ ਅੱਜ ਇੱਥੇ ਪਹਿਲੀ ਵਾਰੀ ਹੋਇਆ ਕਿ ਪੈਨਸ਼ਨਾਂ ਦੇ ਫਾਰਮ ਤੁਰਤ ਭਰ ਕੇ, ਤੁਰਤ ਤਸਦੀਕ ਕਰਕੇ, ਤੁਰਤ ਪਟਵਾਰੀ ਤੋਂ ਹੋ ਕੇ, ਜੋ CDPO ਮੈਡਮ ਨੇ ਤੁਰਤ ਕਰਕੇ ਸੰਗਰੂਰ ਭੇਜੇ ਜਾਣਗੇ। ਅਤੇ ਨਾਲ ਦੀ ਨਾਲ ਅੱਜ ਅਸੀਂ ਲੇਹਲ ਕਲਾਂ ਪਿੰਡ ਦੇ ਵਿੱਚ ਜੋ ਕਿ ਅਸੀਂ ਕੁਝ ਦਿਨ ਪਹਿਲਾਂ ਕਣਕ ਵਾਲੇ ਆਟਾ ਦਾਲ ਕਾਰਡ ਦੇ ਕਾਰਡ ਬਣਵਾਏ ਸੀ, ਫਸਟ ਟਾਈਮ ਹੋਇਆ ਲੇਹਲ ਕਲਾਂ ਦੇ ਵਿੱਚ, ਅੱਜ ਨਾਲ ਦੀ ਨਾਲ 650 ਕਾਰਡ ਕਣਕ ਵਾਲਾ ਵੰਡਿਆ ਜਾਊਗਾ ਇੱਥੇ ਤੁਰਤ। ਅਤੇ ਜੋ ਸਮਾਜ ਨੂੰ ਦੂਸ਼ਿਤ ਹੋ ਰਿਹਾ ਸਾਡਾ ਵਾਤਾਵਰਨ, ਉਸ ਨੂੰ ਨਵੀਂ ਸੇਧ ਦੇਣ ਲਈ ਅਸੀਂ ਲੋਕਾਂ ਨੂੰ ਬੂਟੇ ਵੀ ਵੰਡੇ ਨੇ, ਪੌਦੇ ਦਿੱਤੇ ਨੇ, ਅਤੇ ਨਾਲ ਹੀ ਸ਼ਗਨ ਸਕੀਮਾਂ ਦੀ ਜੋ ਸਹਾਇਤਾ ਸੀ ਕਿਸੇ ਦੀਆਂ ਰਹਿ ਰਹੀਆਂ ਸੀ ਉਹ ਵੀ ਕੰਪਲੀਟ ਹੋਈਆਂ, ਅਤੇ ਜੋ ਕੈਂਸਰ ਦੇ ਮਰੀਜ਼ ਸੀ ਅਸੀਂ SDM ਸਾਹਿਬ ਤੋਂ ਸੇਧ ਲੈ ਕੇ ਉਹਨਾਂ ਦੇ ਸਾਈਨ ਕਰਾ ਕੇ ਉੱਪਰ ਲੈ ਕੇ ਜਾਵਾਂਗੇ ਜੋ ਕਿ ਕੈਂਸਰ ਦੇ ਮਰੀਜ਼ਾਂ ਨੂੰ ਸਹਾਇਤਾ ਦਿੱਤੀ ਜਾ ਸਕੇ। ਅਤੇ ਜੋ ਇੱਥੇ ਦਾ ਸਾਰਾ ਸਟਾਫ ਸੀ ਉਸ ਦੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਨਾਲ ਇੱਥੇ ਸਾਰਾ ਦਿਨ ਰਹਿ ਕੇ ਕੰਮ ਕੀਤਾ। ਅਤੇ ਜੋ ਪੰਜਾਬ ਅੱਜ ਇੱਕ ਨਸ਼ੇ ਦੇ ਦੌਰ 'ਚੋਂ ਲੰਘ ਰਿਹਾ, ਉਸ ਦੇ ਆਧਾਰ 'ਤੇ ਇੱਕ ਡੈਪੋ 'ਤੇ ਨਾਟਕ ਕਰਾਏ ਜਾਂਦੇ ਨੇ, ਉਹ ਅਸੀਂ ਇੱਥੇ ਕੀਤਾ ਹੈ, ਸਾਡੇ ਕਰਕੇ ਗਏ ਨੇ, ਜੋ ਕਿ ਪਿੰਡ ਵਾਲਿਆਂ ਨੂੰ ਇੱਕ ਪਤਾ ਲੱਗਿਆ ਕਿ ਇਹ ਜੋ ਨਸ਼ਾ ਹੈ ਚਿੱਟਾ ਜੋ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਫੈਲ ਰਿਹਾ ਹੈ, ਉਸਦਾ ਕਿੰਨਾ ਮਾੜਾ ਅਸਰ ਹੁੰਦਾ ਹੈ ਸਾਡੇ ਨੌਜਵਾਨ ਬੱਚਿਆਂ 'ਤੇ। ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਨਸ਼ੇ ਛੱਡੋ, ਕੋਹੜ ਵੱਢੋ। ਆਪਾਂ ਅੱਜ ਤੋਂ ਬਾਅਦ ਅਸੀਂ ਸਹੁੰ ਖਾਧੀ ਹੈ ਕਿ ਸਾਡੇ ਪਿੰਡ ਦੇ ਵਿੱਚ ਇਸ ਨਸ਼ੇ ਦਾ ਸੇਵਨ ਜੇ ਕੋਈ ਕਰੂਗਾ ਵੀ ਅਸੀਂ ਆਪ ਘਰ ਜਾ ਕੇ ਉਹਨੂੰ ਸਮਝਾਵਾਂਗੇ। ਕਹਿੰਦੇ ਜੀ ਬਹੁਤ ਧੰਨਵਾਦ ਹੈ ਜੀ, ਬਹੁਤ ਵਧੀਆ ਕੈਂਪ ਲੱਗਿਆ ਜੀ, ਬਹੁਤ ਸਹੂਲਤਾਂ ਮਿਲੀਆਂ ਲੋਕਾਂ ਨੂੰ ਅਤੇ ਪਰਿਵਾਰਾਂ ਨੂੰ, ਅਤੇ ਬਾਕੀ ਆਟਾ ਦਾਲ ਸਕੀਮ, ਬਾਕੀ ਤੇਰੇ ਆਪਣੇ ਪੈਨਸ਼ਨਾਂ ਸਾਰੀ ਸਹੂਲਤ ਮਿਲੀ ਹੈ ਜੀ, ਡਾਕਟਰੀ ਨਸ਼ੇ ਤੋਂ ਵਿਰੁੱਧ ਅਈਆਂ ਜਿਹੀਆਂ ਸਹੂਲਤਾਂ ਬਹੁਤ ਵਧੀਆ ਮਿਲੀਆਂ। ਅਸੀਂ ਧੰਨਵਾਦ ਕਰਦੇ ਹਾਂ ਬੀਬੀ ਰਜਿੰਦਰ ਕੌਰ ਦਾ ਅਤੇ ਸਰਕਾਰ ਦਾ, ਕੈਪਟਨ ਅਮਰਿੰਦਰ ਸਿੰਘ ਦਾ ਜੀ। ਅੱਗੇ ਤੋਂ ਬਹੁਤ ਜ਼ਿਆਦਾ ਕੈਂਪ ਲੱਗਣੇ ਚਾਹੀਦੇ ਨੇ ਜੀ। ਮੈਂ ਤਾਂ ਇਹ ਕਹੂੰਗਾ ਵੀ ਜੇਕਰ 6ਵੇਂ ਮਹੀਨੇ ਇਹੋ ਜਿਹਾ ਕੈਂਪ ਲੱਗੇ ਬਹੁਤ ਵਧੀਆ ਅਤੇ ਬਹੁਤ ਠਿੱਲ ਪਊਗੀ। ਇਹ ਲਹਿਰਾ ਅਤੇ ਮੂਨਕ ਅਗਰ ਦੋਨੋਂ ਸਬ ਡਿਵੀਜ਼ਨ ਦੀ ਗੱਲ ਕਰੀਏ ਤਾਂ ਇਹ ਚੌਥਾ ਕੈਂਪ ਸੀ ਜੀ ਹੁਣ ਤੱਕ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਜਿਹੜੀਆਂ ਸਰਕਾਰ ਵੱਲੋਂ ਵੈਲਫੇਅਰ ਸਕੀਮਸ ਚਲਾਈਆਂ ਜਾ ਰਹੀਆਂ ਨੇ ਅਤੇ ਮਿਸ਼ਨਸ ਜਿਹੜੇ ਤੰਦਰੁਸਤ ਪੰਜਾਬ ਮਿਸ਼ਨ ਹੈ, ਨਸ਼ਿਆਂ ਦੇ ਵਿਰੁੱਧ ਡੈਪੂ ਪ੍ਰੋਗਰਾਮ ਹੈ, ਇਸੇ ਤਰੀਕੇ ਨਾਲ ਮੈਡੀਕਲ ਕੈਂਪ ਹੈ ਅਤੇ ਇੱਕ ਸਰਬਤ ਵਿਕਾਸ ਯੋਜਨਾ। ਇਹ ਸਾਰੀਆਂ ਮਿਸ਼ਨ ਅਤੇ ਕੈਂਪਸ ਨੂੰ ਇਕੱਠੇ ਕਰਕੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਇੱਕ ਵੱਡਾ ਮੈਗਾ ਕੈਂਪ ਲਗਾਇਆ ਜਾਵੇ ਪਿੰਡ ਵਾਰ, ਅਤੇ ਉੱਥੇ ਕਿਉਂਕਿ ਸਾਰਿਆਂ ਨੂੰ ਬੁਲਾ ਕੇ ਇਕੱਠ ਕਰਕੇ ਜੋ ਸਹੂਲਤਾਂ ਨੇ ਉਹ ਮੁਹੱਈਆ ਕਰਾਈਆਂ ਜਾਣ।
ਸੁਸਤ ਹੈ ਜਿਵੇਂ ਮੈਂ ਦੱਸਿਆ ਅੱਜ ਚੌਥਾ ਕੈਂਪ ਸੀਗਾ ਅਤੇ ਮੈਨੂੰ ਖੁਸ਼ੀ ਹੈ ਕਿ ਇਸ 'ਚ ਸ਼ਮੂਲੀਅਤ ਬਹੁਤ ਲੋਕਾਂ ਦੀ ਹੋਈ ਹੈ ਅੱਜ ਉਹ ਉਹਦੇ ਫਿਗਰਸ ਤਾਂ ਇਸ ਤੋਂ ਬਾਅਦ ਟੈਲੀ ਕੀਤੀਆਂ ਜਾਣਗੀਆਂ ਹਜੇ ਤਾਂ ਚੱਲ ਹੀ ਰਿਹਾ ਜੀ ਹਜੇ ਬੈਨੀਫਿਸ਼ਰੀਜ਼ ਆ ਰਹੇ ਨੇ ਸੋ ਇਸ ਤੋਂ ਬਾਅਦ ਟੈਲੀ ਕਰਕੇ ਵੀ ਵਿਲ ਸ਼ੇਅਰ ਦੋਜ਼ ਫਿਗਰਸ ਹਾਂਜੀ ਅੱਜ ਅਸੀਂ ਅਬਾਊਟ ਫੋਰੈਸਟ ਡਿਪਾਰਟਮੈਂਟ ਵੱਲੋਂ ਤਕਰੀਬਨ 700-750 ਪਲਾਂਟਸ ਲਿਆਏ ਗਏ ਸੀਗੇ ਇੱਥੇ ਵੰਡਣ ਲਈ ਆਮ ਪਬਲਿਕ ਦੇ ਵਿੱਚ ਫਰੀ ਆਫ ਕੋਸਟ ਜਿਹੜੀ ਸਾਡੀ ਕੋਸ਼ਿਸ਼ ਹੈ ਕਿ ਇਹੀ ਮਹੀਨੇ ਹੁੰਦੇ ਨੇ ਜਿਵੇਂ ਕਿ ਤੁਹਾਨੂੰ ਪਤਾ ਜੁਲਾਈ ਅਤੇ ਅਗਸਤ ਦਾ ਜਦੋਂ ਦਰਖਤ ਲਗਾਏ ਜਾ ਸਕਦੇ ਨੇ ਅਤੇ ਇਸ ਕਰਕੇ ਉਹ ਪਲਾਂਟਸ ਜਿਹੜੇ ਲਿਆਏ ਨੇ ਉਹ ਅਸੀਂ ਅੱਜ ਵੰਡੇ ਨੇ ਸਾਰਿਆਂ ਨੂੰ ਇਹ ਵੈਸੇ ਵੀ ਪਾਰਟ ਹੈ ਤੰਦਰੁਸਤ ਪੰਜਾਬ ਮਿਸ਼ਨ ਦਾ ਜਿਸ ਦੇ ਤਹਿਤ ਅਸੀਂ ਟ੍ਰੀ ਪਲਾਂਟੇਸ਼ਨ ਕਰਵਾਉਂਦੇ ਹਾਂ ਅਤੇ ਨਾਲ ਹੀ ਤੁਸੀਂ ਇਹ ਵੀ ਨੋਟਿਸ ਕੀਤਾ ਹੋਣਾ ਅੱਜ ਪਲਾਸਟਿਕ ਦੇ ਲਿਫਾਫੇ ਜਿਹੜੇ ਨੇ ਉਹਨਾਂ ਦੇ ਯੂਜ਼ ਦੇ ਖਿਲਾਫ ਵੀ ਜਿਹੜੀ ਗੱਲ ਕੀਤੀ ਗਈ ਹੈ ਦੈਟ ਉਹ ਵੀ ਪਾਰਟ ਹੈ ਤੰਦਰੁਸਤ ਪੰਜਾਬ ਮਿਸ਼ਨ ਦਾ ਹੀ।